ਅਸਲਾਮੁਆਲੇਕਮ ਯਾਸਰ ਸੰਦੂ ਸਾਡੇ ਸਾਹਮਣੇ ਆਉਣ ਵਾਲੀਆਂ ਤਸਵੀਰਾਂ ਜ਼ਿਲਮ ਤੋਂ ਨੇ ਜਿੱਥੇ ਲਿੰਕ ਰੋਡ ਤੋਂ ਇੱਕ ਆਉਣ ਵਾਲਾ ਰਕਸ਼ਾ ਜਿਹੜਾ ਮੇਨ ਦੇ ਉੱਪਰ ਚੜਦਿਆ ਹੋਇਆ ਜਿਨੇ ਖਿਆਲ ਨਹੀਂ ਕੀਤਾ ਮੇਨ ਰੋਡ ਦੇ ਉੱਪਰ ਦੇਖਿਆ ਨਹੀਂ ਔਰ ਟਰੈਕਟਰ ਵਾਲਾ ਉਹਨੂੰ ਬਚਾਉਂਦਿਆਂ ਹੋਇਆ ਉਸ ਰੋਡ ਤੋਂ ਜਿਹੜੇ ਕਿ ਨਾਲ ਉਸ ਮੇਨ ਰੋਡ ਦੇ ਇੱਕ ਸਾਈਡ ਦੇ ਉੱਤੇ ਦੋ ਖੰਭੇ ਦੇ ਵਿੱਚ ਜਾ ਕੇ ਟਕਰਾਇਆ ਉਹ ਤਸਵੀਰ ਤੁਹਾਡੇ ਸਾਹਮਣੇ ਆ ਰਹੀ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਪਾਲੀ ਸਾਈਡ ਤੋਂ ਇੱਕ ਲਿੰਕ ਰੋਡ ਆ ਰਿਹਾ ਹੈ ਉਸ ਲਿੰਕ ਰੋਡ ਤੋਂ ਆਉਣ ਵਾਲੇ ਬੰਦੇ ਨੇ ਰਖਸ਼ੇ ਵਾਲੇ ਨੇ ਜਿਹੜਾ ਕਿ ਸਕੂਲ ਡਿਊਟੀ ਕਰ ਰਿਹਾ ਸੀ ਸਵੇਰ 7 ਵਜੇ ਦਾਇਆ ਵਾਕਿਆ ਤੇ ਅਲਹਮਦੁਲillah ਇਹਦੇ ਵਿੱਚ ਬੰਦਾ ਜਿਹੜਾ ਉਹ ਮਹਫੂਜ਼ ਰਿਹਾ ਹੈ ਛਤਰੀ ਹੋਣ ਨਾਲ ਕਮ ਸਕਾ ਮੇਂ ਹੀ ਸੇਫਟੀ ਹੋਈ ਹੈ ਕਿ ਬੰਦਾ ਬਚ ਗਿਆ ਪਾਲੀ ਸਾਈਡ ਤੋਂ ਆਉਣ ਵਾਲਾ ਰੋਡ ਤੁਸੀਂ ਦੇਖ ਸਕਦੇ ਆ ਉਸ ਬੰਦੇ ਨੇ ਆਲੇ ਦੁਆਲੇ ਰੋਡ ਦੇ ਉੱਤੇ ਚੜਨ ਲੱਗਿਆ ਨਹੀਂ ਦੇਖਿਆ ਜਿਹੜੀ ਗੱਲਾਂ ਟਰੈਕਟਰ ਵਾਲੇ ਨੇ ਉਹਨੂੰ ਬਚਾਉਣ ਦੀ ਖਾਤਰ ਔਰ ਬਚਾਉਂਦਿਆਂ ਹੋਇਆਂ ਇਹ ਖੰਬਿਆਂ ਦੇ ਵਿੱਚ ਟਕਰਾਇਆ ਬਹੁਤ ਖਤਰਨਾਕ ਹਾਦਸਾ ਮੇਰੀ ਸਮਝ ਦੇ ਵਿੱਚ ਤਾਂ ਲੱਗ ਰਿਹਾ ਹੈ ਜਿਹਦੇ ਵਿੱਚ ਬੰਦੇ ਦਾ ਬਚ ਜਾਣਾ ਇੱਕ ਮੌਜੂਦਾਤੀ ਤੌਰ ਤੇ ਹੀ ਹੈ ਅੱਲਾਹ ਪਾਕ ਸਭ ਨੂੰ ਆਪਣੀ ਇਦੋਇਮਾਨ ਚ ਰੱਖੇ ਸੇਫਟੀ ਦਾ ਖਿਆਲ ਰੱਖੋ ਔਰ ਜਿੰਨਾ ਹੋ ਸਕੇ ਇਸ ਰੱਖਿਆ ਪ੍ਰੋਗਰਾਮ ਔਰ ਮੋਟਰਸਾਈਕਲ ਵਾਲੇ ਹਜ਼ਰਤ ਤੋਂ ਬਚੋ